ਵਿਸਾਖੀ ਦੀ ਖੁਸ਼ੀ ਵਿੱਚ ਖੰਨਾ ਵਿੱਚ ਜਗ੍ਹਾ ਜਗ੍ਹਾ ਲੰਗਰ ਲਗਾਏ ਜਾ ਰਹੇ ਹਨ। ਇਸੇ ਥੱਲੇ ਅੱਜ ਸਮਾਧੀ ਰੋਡ ਵਿਖੇ ਇੱਥੇ ਸੰਗਤਾਂ ਨੇ ਲੰਗਰ ਲਗਾਇਆ ਹੋਇਆ ਹੈ। ਹਾਂਜੀ ਸਰ, ਲੰਗਰ ਕਿਹਨੇ ਕਿਹਨੇ ਲਗਾਇਆ ਜੀ? ਸਾਰੇ ਦੁਕਾਨਾਂ ਦਾ ਸਹਿਯੋਗ ਨਾਲ ਮਿਲ ਗਈ, ਸਾਰੇ ਸਹਿਯੋਗ ਨਾਲ ਲਾਇਆ ਜੀ। ਆਟੋ ਅਤੇ ਦੁਕਾਨਾਂ ਵਾਲਿਆਂ ਦਾ ਸਹਿਯੋਗ ਜੀ। ਆਟੋ ਅਤੇ ਦੁਕਾਨਾਂ ਵਾਲੇ, ਸਮਾਧੀ ਰੋਡ ਦੇ ਦੁਕਾਨਾਂ ਵਾਲੇ ਸਹਿਯੋਗ। ਹਾਂਜੀ, ਤੁਹਾਡਾ ਨਾਮ ਕੀ ਹੈ ਜੀ? ਜਰਨੈਲ ਸਿੰਘ ਜੀ। ਜਰਨੈਲ ਸਿੰਘ, ਤਰਸੇਮ ਲਾਲ ਜੀ, ਗੁਰਵੀਰ ਸਿੰਘ, ਪਾਲ ਸਿੰਘ ਜੀ, ਗੁਰਜੀਤ। ਅਤੇ ਕਾਫੀ ਲੋਕਾਂ ਨੇ ਇਹਦਾ ਫਾਇਦਾ ਉਠਾਇਆ। ਹਾਂਜੀ, ਭੁੱਖਿਆਂ ਦੇ ਪੇਟ ਭਰੇ ਆ ਜੀ। ਵਿਸਾਖੀ ਦੇ ਮੌਕੇ ਨਾਲ ਖੁਸ਼ੀ ਮਨਾਈ ਹੈ। ਬਣ ਰਹੇ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਮਾਨਵ ਚੇਤਨਾ ਮੰਚ ਜੋ ਫ੍ਰੀ ਜਲ ਸੇਵਾ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ, ਉੱਥੇ ਅੱਜ ਵਿਸਾਖੀ ਦੇ ਮੌਕੇ ਤੇ ਲੰਗਰ ਚਲਾਇਆ। ਵੈਸੇ ਖਿੱਚਣਾ ਆਏ ਸਰ ਜੀ, ਮੈਂ ਇਹਨਾਂ ਨੂੰ ਜੀ ਆਇਆ ਜੀ ਆਪਦਾ। ਖੰਨੇ ਵਿੱਚ ਹਮੇਸ਼ਾ ਹੀ ਸਮਾਜ ਸੇਵਾ ਦਾ ਕੰਮ ਚੱਲਦਾ ਰਹਿੰਦਾ। ਮਾਨਵ ਚੇਤਨਾ ਮੰਚ ਇੱਥੇ ਪ੍ਰਮੁੱਖ ਰੋਲ ਅਦਾ ਕਰਦਾ ਹੈ। ਦੇਸੀ ਬੰਦੇ ਇੱਥੇ ਆ ਕੇ ਟਰਾਂਸਪੋਰਟ ਰਾਜ ਸਾਹਿਬ ਜੀ ਸਾਡੇ ਵਿੱਚ ਆ ਗਏ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਹੋ ਪਾਓ ਉਹ ਨੀ ਇਹ ਵੀ ਕਹਿੰਦੇ ਗੱਲ ਨੂੰ ਕਹਿੰਦੇ।